ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ। ਅੱਜ ਅਸੀਂ ਤੁਹਾਡੇ ਨਾਲ ਇਸ ਸੂਫੀ ਫਕੀਰ ਬਾਰੇ ਸੰਖੇਪ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ। ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸੂਫੀ ਫਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ। ਸਾਈਂ ਮੀਆਂ ਮੀਰ ਜੀ ਨੂੰ ਜਿੱਥੇ ਮੁਸਲਮਾਨ ਭਾਈਚਾਰੇ ਵੱਲੋਂ ਸਤਿਕਾਰ ਦਿੱਤਾ ਜਾਂਦਾ, ਉੱਥੇ ਸਿੱਖਾਂ ਵੱਲੋਂ ਵੀ ਉਹਨਾਂ ਨੂੰ ਸਤਿਕਾਰਤ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਮੁਗਲ ਬਾਦਸ਼ਾਹ ਜਹਾਂਗੀਰ, ਸ਼ਾਹਜਹਾਂ ਅਤੇ ਮੁਗਲ ਸ਼ਹਿਜ਼ਾਦਾ ਦਾਰਾ ਸਕੋ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਇਤਿਹਾਸਕਾਰ ਲਿਖਦੇ ਹਨ ਕਿ ਇਸ ਮਹਾਨ ਦਰਵੇਸ਼ ਦਾ ਰੰਗ ਕਣਕਵੰਨਾ, ਮੱਥਾ ਚੌੜਾ ਤੇ ਕੱਦ ਦਰਮਿਆਨਾ ਸੀ ਅਤੇ ਉਹ ਕੁੜਤਾ ਤੇ ਪਗੜੀ ਪਹਿਨਦੇ ਸਨ। ਸਾਈਂ ਮੀਆਂ ਮੀਰ ਜੀ ਦਾ ਜਨਮ ਪਿਤਾ ਕਾਜ਼ੀ ਸਾਈਂ ਤੇ ਮਾਤਾ ਬੀਬੀ ਫਾਤਿਮਾ ਦੀ ਕੁੱਖੋਂ ਸਨ 1531 ਈਸਵੀ ਨੂੰ ਸਿੰਧ ਦੇ ਮਸ਼ਹੂਰ ਸ਼ਹਿਰ ਸਿਵਿਸਤਾਨ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਆਪ ਜੀ ਨੇ ਕੁਰਾਨ ਪੜ੍ਹ ਲਿਆ ਸੀ ਅਤੇ ਬਹੁਤ ਸਮਾਂ ਅੱਲਾਹ ਦੀ ਇਬਾਦਤ ਵਿੱਚ ਹੀ ਬਤੀਤ ਕਰਦੇ ਸਨ। ਬਾਰਾਂ ਸਾਲ ਦੀ ਉਮਰ ਵਿੱਚ ਸਾਈਂ ਮੀਆਂ ਮੀਰ ਦਾ ਮੇਲ ਸਿਵਿਸਤਾਨ ਦੇ ਜੰਗਲਾਂ ਵਿੱਚ ਸ਼ੇਖ ਖਿਜਰ ਕਾਦਰੀ ਨਾਲ ਹੋਇਆ, ਜੋ ਕਿ ਸੰਸਾਰ ਤਿਆਗ ਕੇ ਜੰਗਲਾਂ ਵਿੱਚ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਸਾਈਂ ਜੀ ਇਹਨਾਂ ਨੂੰ ਸਭ ਤੋਂ ਵੱਡੇ ਪੀਰ ਮੰਨਦੇ ਸਨ। ਅਧਿਆਤਮਕ ਅਤੇ ਰੂਹਾਨੀਅਤ ਦੇ ਉੱਚੇ ਰੁਤਬੇ ਨੂੰ ਪ੍ਰਾਪਤ ਹੋਣ ਉਪਰੰਤ ਮੀਆਂ ਜੀ ਨੇ ਆਪਣੇ ਗੁਰੂ ਤੋਂ ਆਗਿਆ ਲਈ ਅਤੇ ਲਾਹੌਰ ਵੱਲ ਚਲੇ ਗਏ ਅਤੇ ਰੱਬੀ ਉਪਾਸਨਾ ਵਿੱਚ ਮਸਤ ਰਹਿੰਦੇ। ਮੁਗਲ ਸ਼ਹਿਜ਼ਾਦੇ ਦਾਰਾ ਸ਼ਿਕੋ ਦੇ ਕਥਨ ਅਨੁਸਾਰ ਲਗਭਗ 20 ਸਾਲ ਸਾਈਂ ਮੀਆਂ ਮੀਰ ਜੀ ਨੇ ਆਪਣੇ ਆਪ ਨੂੰ ਲੋਕਾਈ ਤੋਂ ਛੁਪਾਏ ਰੱਖਿਆ। ਇਤਿਹਾਸਕਾਰ ਲਿਖਦੇ ਹਨ, ਸਾਈਂ ਜੀ ਨੇ ਕਾਫੀ ਸਮਾਂ ਸਰਹੰਦ ਵਿਖੇ ਗੁਜ਼ਾਰਿਆ, ਜਿੱਥੇ ਕਿ ਬਿਮਾਰ ਪੈ ਜਾਣ ਕਾਰਨ ਉਹਨਾਂ ਦੀ ਹਾਜੀ ਨਿਮਤੁੱਲਾ ਨੇ ਬਹੁਤ ਸੇਵਾ ਕੀਤੀ ਅਤੇ ਸੱਚੇ ਸ਼ਾਗਿਰਦ ਹੋਣ ਦਾ ਫਰਜ਼ ਨਿਭਾਇਆ। ਸਾਈਂ ਜੀ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਬਿਮਾਰੀ ਤੋਂ ਮੁਕਤ ਹੋਣ ਉਪਰੰਤ ਫਿਰ ਲਾਹੌਰ ਵੱਲ ਚਲੇ ਗਏ। ਸਾਈਂ ਮੀਆਂ ਮੀਰ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਿਲਾਪ ਸਨ 1580 ਈਸਵੀ ਨੂੰ ਉਸ ਵੇਲੇ ਹੋਇਆ ਜਦੋਂ ਗੁਰੂ ਜੀ ਆਪਣੇ ਤਾਏ ਸਹਾਰੀ ਮਲ ਦੇ ਸਪੁੱਤਰ ਦੀ ਸ਼ਾਦੀ ਵਿੱਚ ਸ਼ਾਮਿਲ ਹੋਣ ਲਈ ਲਾਹੌਰ ਗਏ। ਇਸ ਉਪਰੰਤ ਮੁਲਾਕਾਤ ਹੁੰਦੀ ਰਹੀ ਤੇ ਨੇੜਤਾ ਵੱਧ ਕੇ ਮਿੱਤਰਤਾ ਵਿੱਚ ਬਦਲ ਗਈ। ਗੁਰੂ ਜੀ ਉਹਨਾਂ ਨੂੰ ਪੀਰਾਂ ਦੇ ਪੀਰ ਮੰਨਦੇ ਸਨ। ਇਸੇ ਲਈ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਪ੍ਰਤੀ ਗੁਰੂ ਜੀ ਆਪ ਚੱਲ ਕੇ ਲਾਹੌਰ ਗਏ ਤੇ ਇਸ ਪਵਿੱਤਰ ਕਾਰਜ ਲਈ ਸਾਈਂ ਜੀ ਨੂੰ ਆਪਣੀ ਮਨਸ਼ਾ ਪ੍ਰਗਟ ਕੀਤੀ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਚੌ ਵਰਣਾਂ ਨੂੰ ਸਾਂਝਾ ਉਪਦੇਸ਼ ਪ੍ਰਗਟ ਕਰਦੇ ਹਨ। ਇਸੇ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਹੁਤ ਹੀ ਕਰੀਬੀ ਸਾਈਂ ਮੀਆਂ ਮੀਰ ਜੀ ਪਾਸੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾ ਕੇ ਸਾਰੇ ਧਰਮਾਂ ਦੇ ਇੱਕ ਹੋਣ ਦਾ ਸਬੂਤ ਦਿੱਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਜ਼ਰਬੰਦੀ ਮੌਕੇ ਵੀ ਸਾਈਂ ਜੀ ਗੁਰੂ ਜੀ ਨੂੰ ਮਿਲਣ ਵਾਸਤੇ ਕੈਦਖਾਨੇ ਵਿੱਚ ਗਏ। ਜਦੋਂ ਜਹਾਂਗੀਰ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰਕੇ ਭੁੱਲ ਗਿਆ ਤੇ ਬਿਮਾਰ ਪੈ ਗਿਆ, ਉਸ ਸਮੇਂ ਸਾਈਂ ਮੀਆਂ ਮੀਰ ਉਚੇਚੇ ਤੌਰ ਤੇ ਲਾਹੌਰ ਤੋਂ ਚੱਲ ਕੇ ਜਹਾਂਗੀਰ ਬਾਦਸ਼ਾਹ ਕੋਲ ਦਿੱਲੀ ਪਹੁੰਚੇ ਤੇ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਦੀ ਨਜ਼ਰਬੰਦੀ ਪ੍ਰਤੀ ਹੋਏ ਭੁੱਲ ਦਾ ਅਹਿਸਾਸ ਕਰਵਾਇਆ। ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਤੁਰੰਤ ਰਿਹਾ ਕਰਨ ਦਾ ਫੁਰਮਾਨ ਜਾਰੀ ਕੀਤਾ। ਅੱਲਾ ਦੇ ਪਿਆਰੇ ਮਿੱਠ ਬੋਲੜੇ ਅਤੇ ਨਿਮਰਤਾ ਦੇ ਪੁੰਜ ਸਾਈਂ ਮੀਆਂ ਮੀਰ ਜੀ ਸੰਖੇਪ ਜਿਹੀ ਬਿਮਾਰੀ ਉਪਰੰਤ ਸਨ 1634 ਈਸਵੀ ਨੂੰ ਸੰਸਾਰ ਤਿਆਗ ਗਏ। ਲਾਹੌਰ ਵਿਖੇ ਆਲਮਗੰਜ ਦੇ ਨੇੜੇ ਜਿੱਥੇ ਉਹਨਾਂ ਨੂੰ ਦਫ਼ਨ ਕੀਤਾ ਗਿਆ, ਇਸ ਸਮੇਂ ਮੀਰਪੁਰਾ ਨਾਲ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਮਜ਼ਾਰ ਲਈ ਵਿੱਤੀ ਸਹਾਇਤਾ ਕਰਕੇ ਇਮਾਰਤ ਨੂੰ ਠੀਕ ਕਰਵਾਉਣ ਲਈ ਯੋਗਦਾਨ ਪਾਇਆ। ਰਹਿੰਦੀ ਦੁਨੀਆ ਤੱਕ ਅੱਲਾ ਦੇ ਪਿਆਰੇ ਸਾਈਂ ਮੀਆਂ ਮੀਰ ਜੀ ਦਾ ਨਾਮ ਸਮੂਹ ਭਾਈਚਾਰੇ ਅੰਦਰ ਅਮਰ ਰਹੇਗਾ।